ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਐ ਸੁਲਤਾਨਪੁਰ ਲੋਧੀ ਪਹੁੰਚੇ, ਜਿੱਥੇ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਪੂਰੀ ਤਰ੍ਹਾਂ ਪ੍ਰਬੰਧ ਕਰ ਚੁੱਕੀ ਹੈ। ਉਹਨਾਂ ਕਿਹਾ ਕਿ 50,000 ਲੋਕਾਂ ਦੀ ਸਮਰੱਥਾ ਵਾਲਾ ਇੱਕ ਵੱਡਾ ਪੰਡਾਲ, ਸੜਕਾਂ ਅਤੇ ਬੱਸ ਸਟੈਂਡ ਤੇ ਫੁੱਲ ਅਤੇ 3 ਵਿਸ਼ਾਲ ਟੈਂਟ ਸਿਟੀ ਵੀ ਬਣਾਈ ਗਈ ਹੈ। ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ 23 ਨੂੰ ਮੁੱਖ ਮੰਤਰੀ ਪੰਜਾਬ ਸੁਲਤਾਨਪੁਰ ਲੋਧੀ 'ਚ ਆਉਣਗੇ, ਜਿਸ ਤੋਂ ਪਹਿਲਾਂ 22 ਅਕਤੂਬਰ ਨੂੰ ਪ੍ਰਬੰਧਾਂ ਦਾ ਇੱਕ ਟ੍ਰਾਇਲ ਰਨ ਵੀ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮਾਗਮਾਂ ਦੇ ਲਈ ਉਹ ਸੁਲਤਾਨਪੁਰ ਲੋਧੀ 'ਚ ਹੀ ਰਹਿਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਡਾਲ ਤਿਆਰ ਕਰ ਦਿੱਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮਾਗਮਾਂ 'ਚ ਆਪਣੀ ਸਰਪ੍ਰਸਤੀ ਕਰਵਾਉਣ ਦੀ ਬੇਨਤੀ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਹੁਣ ਸ਼ਤਾਬਦੀ ਸਮਾਗਮ SGPC ਅਤੇ ਸਰਕਾਰ ਦੇ ਵਿਚਾਲੇ ਸਾਂਝੇ ਤੌਰ ਤੇ ਹੋਣਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਤੇ ਜਨਮ ਦਿਨ ਜਿਹੜਾ ਆਪਾਂ ਮਨਾ ਰਹੇ ਹਾਂ, ਉਹਦੇ ਵਾਸਤੇ ਤਿਆਰੀਆਂ ਬਹੁਤ ਜ਼ੋਰਾਂ 'ਤੇ ਹੈ, ਬਹੁਤ ਅੱਛੇ ਪ੍ਰਬੰਧ ਹੋ ਰਹੇ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪੰਡਾਲ ਬਣ ਰਿਹਾ ਹੈ, ਜਿਹਦੇ ਵਿੱਚ ਸੰਗਤਾਂ ਨੇ ਬੈਠਣਾ ਹੈ, 50,000 ਸੰਗਤ ਇਹਦੇ ਵਿੱਚ ਬੈਠ ਸਕਦੀ ਹੈ ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣ ਗਿਆ ਸੰਗਤਾਂ ਦੇ ਦੇਖਣ ਵਾਸਤੇ। ਬਹੁਤ ਹੀ ਖੂਬਸੂਰਤ ਇੱਕ ਮਹਿਲ ਟੈਪ ਇੱਕ ਗੁਰਦੁਆਰਾ ਗੁਰਦੁਆਰੇ ਦੇ ਵਾਂਗੂ ਇਹ ਪੰਡਾਲ ਬਣ ਰਿਹਾ ਹੈ ਅਤੇ ਬਹੁਤ ਸੰਗਤ ਹੁਣੀ ਤੋਂ ਇਹਨੂੰ ਦੇਖਣ ਆਉਣ ਲੱਗ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇੱਕ ਬਹੁਤ ਸ਼ਾਨਦਾਰ ਪੰਡਾਲ ਇੱਥੇ ਸਜਾਇਆ ਜਾ ਰਿਹਾ। ਇਸ ਤੋਂ ਇਲਾਵਾ ਪੂਰੇ ਸੁਲਤਾਨਪੁਰ ਲੋਧੀ ਨਗਰੀ ਨੂੰ ਸਜਾਇਆ ਜਾ ਰਿਹਾ ਹੈ ਅਤੇ ਇਹਦੀਆਂ ਸੜਕਾਂ, ਇਹਦੇ 'ਚ ਨਵੇਂ ਪੁਲ ਬਣ ਰਹੇ ਆ, ਇਹਦੀ ਵੇਈ ਨੂੰ ਸਜਾਇਆ ਜਾ ਰਿਹਾ ਹੈ। ਹੁਣੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਆਉਣ ਲੱਗ ਗਈਆਂ, ਜਿਹੜੀਆਂ ਕਿ ਖਾਸ ਤੌਰ 'ਤੇ ਪੰਡਾਲ ਨੂੰ ਵੀ ਦੇਖਣ ਆਉਂਦੀਆਂ, ਕਿਉਂਕਿ ਪੰਡਾਲ ਜਿਹੜਾ ਬਣ ਰਿਹਾ ਉਹ ਇੱਕ ਖਿੱਚ ਦਾ ਕੇਂਦਰ ਬਣ ਚੁੱਕਿਆ। ਇਸ ਕਰਕੇ ਹਰ ਤਰ੍ਹਾਂ ਦੇ ਪ੍ਰਬੰਧ ਹੈ ਜਿਹੜੇ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ। ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਨਿਮਾਣੇ ਸਿੱਖ ਦੇ ਤੌਰ 'ਤੇ ਆਪਣੇ ਆਪ ਨੂੰ ਇੱਕ ਨਿਮਾਣਾ ਸਾਬਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮਰਪਿਤ ਸਾਰਾ ਕੁਝ ਕਰ ਦਿੱਤਾ ਹੈ। 2 ਦਿਨ ਆਖਰੀ ਜਿਹੜੇ ਸਾਂਝੇ ਪ੍ਰੋਗਰਾਮ ਚੱਲਣੇ ਉਹਦੇ ਵਾਸਤੇ ਇਹ ਜਿੰਨਾ ਪੰਡਾਲ ਸਜਿਆ ਹੈ ਇਹ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੀ ਸਰਪ੍ਰਸਤੀ ਦੇ ਵਿੱਚ ਇਹ ਪ੍ਰੋਗਰਾਮ ਚਲਾਓ। ਉਮੀਦ ਸਰਕਾਰ ਵੱਲੋਂ ਆਖਰੀ ਸਟੈਪ, ਆਖਰੀ ਹੰਬੜਾ ਮਾਰ ਲਿਆ ਗਿਆ ਹੈ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਗਈ ਹੈ, ਹੁਣ SGPC ਹੈ ਉਹ ਵੀ ਨਿਮਰਤਾ ਦੇ ਵਿੱਚ ਸਿੱਖ ਫਿਲੋਸਫੀ ਨੂੰ ਸਮਝ ਕੇ, ਗੁਰੂ ਨਾਨਕ ਦੇ ਸਾਂਝੀ ਵਾਲਤਾ ਦੇ ਸੁਨੇਹੇ ਨੂੰ ਸਮਝ ਕੇ, ਜੋ ਆਪਾਂ ਨੇ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਦੇਣਾ ਹੈ ਉਸ ਨੂੰ ਸਮਝ ਕੇ ਉਹ ਵੀ ਇਕੱਠਾ ਹੋ ਕੇ ਸਾਰਾ ਮਨਾਵੇ। ਇਸ ਦੌਰਾਨ ਨਵਤੇਜ ਚੀਮਾ ਨੇ ਵੀ 23 ਤਰੀਕ ਨੂੰ ਮੁੱਖ ਮੰਤਰੀ ਦੇ ਆਉਣ ਤੇ ਸੁਲਤਾਨਪੁਰ ਲੋਧੀ 'ਚ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰ ਨੇ ਟ੍ਰੈਫਿਕ ਤੋਂ ਲੈ ਕੇ ਮੋਬਾਈਲ ਨੈਟਵਰਕ ਅਤੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਚੰਗੀ ਤਰ੍ਹਾਂ ਕਰ ਲਿਆ। ਸਾਡੇ ਮੰਤਰੀ ਸਾਹਿਬ ਜਿਹੜੇ ਇੰਚਾਰਜ ਆ ਉਹ ਆਏ ਆ, ਉਹਨਾਂ ਨੇ ਸਾਰੇ CM ਸਾਹਿਬ ਦੇ ਦੌਰੇ ਕਰਕੇ ਉਹ ਆਏ ਆ ਔਰ ਸਾਰੇ ਪ੍ਰੋਜੈਕਟ ਇਹਨਾਂ ਨੇ ਦੇਖੇ ਔਰ ਹੁਕਮ ਜਿਹੜੇ ਜਾਰੀ ਕੀਤੇ ਮਹਿਕਮਿਆਂ ਨੂੰ ਵੀ ਕੀ ਜਿਹੜਾ ਚੀਜ਼ ਰਹਿ ਗਈ ਔਰ ਉਹਨੂੰ ਕੀ ਮਿਲਣ ਜਾ ਰਹੇ ਸੁਲਤਾਨਪੁਰ। ਪ੍ਰੋਜੈਕਟ ਦੇਖੋ ਜੀ, ਹੁਣ ਪੁਲ ਬਣ ਗਿਆ, ਸੜਕਾਂ ਬਣ ਗਈਆਂ, ਬੱਸ ਸਟੈਂਡ ਬਣ ਗਿਆ, ਪੰਡਾਲ, ਟੈਂਟ ਸਿਟੀਆਂ, ਹੁਣ ਗਿਣ ਲੱਗੀ ਹੈ ਤਾਂ ਕੋਈ ਰਹਿ ਹੀ ਨਹੀਂ ਜਾਣਾ। ਔਰ ਪੰਡਾਲ ਦੀ ਖਾਸ ਕਰਕੇ ਇਹ ਖਾਸੀਅਤ ਆ ਜਿਹੜਾ ਜਿੰਨਾ ਸੋਹਣਾ ਬਣ ਰਿਹਾ ਔਰ ਜਿੰਨਾ ਵਧੀਆ ਸੇਵਾ ਜਿੰਨੀ ਕਰ ਸਕਦੇ ਔਰ ਰਾਤ ਨੂੰ ਜਦੋਂ ਲਾਈਟਿੰਗ ਹੋਊਗੀ ਔਰ ਨਨਕਾਣਾ ਸਾਹਿਬ ਦੀ ਤਰ੍ਹਾਂ ਤੇ ਜਿਹੜਾ ਦਿਖੂਗਾ ਔਰ ਲੋਕ ਇਸ ਕਰਕੇ ਬਹੁਤ ਦੇਖਣ ਆ ਰਹੇ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ 84.4।